ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਉਹਨਾਂ ਦੇ ਮੰਤਰੀਆਂ ਤੋਂ ਲੈ ਕੇ ਵਿਧਾਇਕਾਂ ਤੱਕ ਦੇ ਵੱਡੇ ਦੋਸ਼ ਲੱਗ ਰਹੇ ਨੇ। ਜਲੰਧਰ ਦੇ ਪੰਜਾਬ ਪ੍ਰੈਸ ਕਲੱਬ ਵਿੱਚ ਕਪੂਰਥਲਾ ਨੇੜੇ ਕਾਂਜਲੀ ਇਲਾਕੇ ਦੇ ਡੇਰੇ ਦੇ ਮਹੰਤਾਂ ਨੇ ਪ੍ਰੈਸ ਵਾਰਤਾ ਕਰਕੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਉਹਨਾਂ ਦੀ ਜ਼ਮੀਨ ਹੜਪਣ ਦੇ ਦੋਸ਼ ਲਾਏ ਹਨ। ਪ੍ਰੈਸ ਵਾਰਤਾ ਕਰਨ ਆਏ ਮਹੰਤ ਰਾਜ ਕਿਸ਼ੋਰ ਨੇ ਕਿਹਾ ਕਿ ਕੁਝ ਸਮੇਂ ਪਹਿਲਾਂ ਉਹਨਾਂ ਦੇ ਡੇਰੇ ਦੇ ਮਹੰਤ ਵਾਸੂਦੇਵ ਦਾਸ ਤੇ ਰਾਣਾ ਗੁਰਜੀਤ ਸਿੰਘ ਨੇ ਝੂਠੇ ਪਰਚੇ ਦਰਜ ਕਰਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਡੇਰੇ ਨੂੰ ਸੀਲ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਉਹ ਇਸ ਮਾਮਲੇ ਵਿੱਚ ਕਈ ਵਾਰ ਰਾਣਾ ਗੁਰਜੀਤ ਸਿੰਘ ਅਤੇ ਪੁਲਿਸ ਨੂੰ ਗੁਹਾਰ ਲਗਾ ਚੁੱਕੇ ਹਨ, ਪਰ ਰਾਣਾ ਗੁਰਜੀਤ ਸਿੰਘ ਲਗਾਤਾਰ ਟਾਲ ਮਟੋਲ ਕਰ ਰਹੇ ਹਨ। ਵੱਡੇ ਇਲਜ਼ਾਮ ਲਗਾਉਂਦੇ ਹੋਏ ਮਹੰਤ ਨੇ ਦੱਸਿਆ ਕਿ ਡੇਰੇ ਤੇ ਕਬਜ਼ਾ ਕਰਕੇ ਅੰਦਰ ਨਿਸ਼ਾਨ ਸਾਹਿਬ ਲਗਾ ਦਿੱਤਾ ਹੈ ਅਤੇ ਅੰਦਰ ਸਥਾਪਿਤ ਸ਼ਿਵਲਿੰਗ ਨੂੰ ਵੀ ਖੰਡਿਤ ਕਰ ਦਿੱਤਾ ਗਿਆ ਹੈ। ਅੱਜ ਪ੍ਰੈਸ ਕਾਨਫਰੰਸ ਕਰਕੇ ਰੱਖੀ ਗਈ ਹੈ ਜੀ। ਡੇਰਾ ਸਾਡਾ ਕਾਂਜਲੀ ਚ ਉਦਾਸੀਨ ਆਸ਼ਰਮ ਆ, ਉਸ ਦੇ ਉੱਤੇ ਜਿਹੜਾ ਮਹੰਤ ਵਾਸੁਦੇਵ ਦਾਸ ਜੀ ਨਿਯੁਕਤ ਕੀਤਾ ਗਿਆ ਸੀ ਖਾਲਸਾ ਵੱਲੋਂ, ਉਸ ਮਹੰਤ ਨੂੰ ਝੂਠੇ ਕੇਸ ਦੇ ਵਿੱਚ ਫਸਾ ਕੇ ਪਰਚੇ ਦਰਜ ਕਰਾ ਕੇ ਅੰਦਰ ਕਰਾ ਦਿੱਤੇ ਗਏ ਹੈ ਔਰ ਚਾਬੀ ਪੁਲਿਸ ਲੈ ਗਈ ਸੀ। ਔਰ ਜਦੋਂ ਅਸੀਂ ਮਿਲੇ ਪੁਲਿਸ ਨੂੰ ਤਾਂ ਕਹਿਣ ਲੱਗੀ ਪੁਲਿਸ ਕਿ ਤੁਸੀਂ ਰਾਣਾ ਜੀ ਨੂੰ ਮਿਲੋ। ਜਦੋਂ ਰਾਣਾ ਜੀ ਕੋਲ ਮਿਲੇ, ਸਾਰੇ ਸੰਤ ਸਮਾਜ ਗਏ, ਨਾਲ ਸੁਸ਼ੀਲ ਰਿੰਕੂ ਜੀ ਗਏ ਰਾਣਾ ਜੀ ਨੂੰ ਮਿਲਣ, ਤਾਂ ਰਾਣਾ ਜੀ ਨੇ ਸੁਸ਼ੀਲ ਰਿੰਕੂ ਜੀ ਨੂੰ ਆਸ਼ਵਾਸਨ ਦਿੱਤਾ ਕਿ ਇੱਕ ਹਫ਼ਤੇ ਠਹਿਰੋ, ਇੱਕ ਹਫ਼ਤੇ ਬਾਅਦ ਤੁਹਾਡਾ ਹਮ ਕਰਾ ਦਾਂਗੇ ਫੈਸਲਾ। ਫਿਰ ਜਦੋਂ ਦੂਸਰੇ ਵਾਰੀ ਰਾਣਾ ਜੀ ਨੂੰ ਮਿਲੇ ਤਾਂ ਕਹਿੰਦੇ ਕੋਈ ਨਹੀਂ ਹੋ ਜਾਏਗਾ। ਫਿਰ ਜਲੰਧਰ ਰਾਣਾ ਜੀ ਆਏ ਤਾਂ ਕਹਿਣ ਲੱਗੇ ਤੁਸੀਂ ਕਮੇਟੀ ਬਣਾ ਲਓ। ਮੈਂ ਕਿਹਾ ਠੀਕ ਹੈ ਜੀ, ਕਮੇਟੀ ਬਣਾ ਲਓ। ਕਹਿਣ ਲੱਗੇ ਉਹ ਜਿਹੜੇ ਜ਼ਮੀਨ ਤੁਹਾਡਾ ਬੀਜਦੇ ਉਹਨਾਂ ਨਾਲ, ਮੈਂ ਕਿਹਾ ਜੀ ਉਹਦੇ ਜ਼ਮੀਨ ਅੱਗੇ ਕਬਜ਼ਾ ਕਰਾ ਦਿੱਤਾ ਤੁਸੀਂ, ਤਾਂ ਉਹਨੂੰ ਹੀ ਕਮੇਟੀ ਬਣਾ ਦਿੱਤਾ, ਉਹ ਡੇਰਾ ਵੀ ਕਬਜ਼ਾ ਕਰ ਲਏਗਾ। ਕਹਿੰਦਾ ਡੇਰਾ ਕਬਜ਼ਾ ਤਾਂ ਪੁਲਿਸ ਕੋਲ ਆ। ਉਹ ਦੂਸਰੇ ਦਿਨ ਪੁਲਿਸ ਕੋਲ ਚਾਬੀ ਰਾਣਾ ਜੀ ਨੇ ਉਸੇ ਬੰਦੇ ਨੂੰ ਦਿਵਾ ਦਿੱਤੀ ਜਿਹੜੇ ਜ਼ਮੀਨ ਕਬਜ਼ਾ ਕੀਤਾ ਡੇਰੇ ਦੀ, ਔਰ ਉਸ ਜ਼ਮੀਨ ਬੰਦਾ ਚਾਬੀ ਲੈ ਕੇ ਸਭ ਤੋਂ ਪਹਿਲੇ ਸਾਡਾ ਧਵਜਾ ਸਾਹਿਬ ਉਤਾਰਿਆ। ਧਵਜਾ ਸਾਹਿਬ ਉਤਾਰਨ ਤੋਂ ਬਾਅਦ ਨਿਸ਼ਾਨ ਸਾਹਿਬ ਚੜ੍ਹਾ ਦਿੱਤਾ। ਸ਼ਿਵਲਿੰਗ ਸੀਗਾ, ਉਹ ਕਹਿੰਦੇ ਸ਼ਿਵਲਿੰਗ ਦਾ ਇੱਥੇ ਕੀ ਕੰਮ, ਮੰਦਰ ਬਣਿਆ ਹੋਇਆ, ਮੰਦਰ ਤਾਂ ਉਸ ਤਰ੍ਹਾਂ ਹੀ ਹੈ, ਲੇਕਿਨ ਸ਼ਿਵਲਿੰਗ ਨੂੰ ਖੰਡਿਤ ਕਰ ਦਿੱਤਾ ਗਿਆ, ਉਹਨੂੰ ਹਿਲਾਤਾ ਤੋੜਤਾ ਗਿਆ। ਧੂਣਾ ਸਾਹਿਬ ਆ ਜਿਹੜਾ 200 ਸਾਲ 'ਚ ਧੂਣਾ ਸਾਹਿਬ 'ਚ ਚੱਲ ਰਿਹਾ, ਉਹਨੂੰ ਤਾਂ ਅੱਗੇ ਦੀਵਾਰ ਕਰ ਦਿੱਤੀ ਗਈ। SSP ਸਾਹਿਬ ਨੂੰ ਮਿਲੇ ਦੋ ਵਾਰੀ, ਰਜੇਸ਼ ਵੀ ਜੀ ਦੇਵੀ ਤਲਾਬ ਦੇ ਜਿਹੜੇ ਜਨਰਲ ਸੈਕਟਰੀ ਨੇ ਉਹ ਸਾਡੇ ਨਾਲ ਗਏ ਸੀਗੇ। SSP ਸਾਹਿਬ ਨੂੰ ਮਿਲੇ ਅਤੇ SSP ਸਾਹਿਬ ਕਹਿਣ ਲੱਗੇ ਜੀ ਅਸੀਂ ਇਨਕੁਆਇਰੀ ਕਰਾਉਂਦੇ ਹਾਂ। ਇਨਕੁਆਇਰੀ ਉਹਨਾਂ ਨੇ ਕੀ ਕਰਾਉਣਾ ਸੀ, ਦੁਬਾਰਾ ਕਹਿੰਦੇ ਫਿਰ ਆਓ। ਫਿਰ ਗਏ ਹਾਂ, ਫਿਰ ਸੁਸ਼ੀਲ ਰਿੰਕੂ ਜੀ ਨੇ ਫੋਨ ਕੀਤਾ SSP ਨੂੰ ਕਿ ਤੁਸੀਂ ਇਸ ਮੈਟਰ ਨੂੰ ਹੱਲ ਕਰੋ, ਇਹ ਕਿਤੇ ਅੱਗੇ ਨਾ ਵੱਜ ਜਾਏ, ਹਿੰਦੂ ਔਰ ਸਿੱਖ ਦਾ ਮੈਟਰ ਨਾ ਬਣ ਜਾਏ। ਲੇਕਿਨ ਉਹਨੇ ਕਿਹਾ ਠੀਕ ਆ, ਕੋਈ ਨਹੀਂ ਕਰਾਉਂਦੇ। ਉਹਨਾਂ ਨੇ ਭੇਜਤਾ ਸਾਨੂੰ DSP ਸਾਹਿਬ ਕੋਲ। ਜਦੋਂ ਅਸੀਂ DSP ਸਾਹਿਬ ਨੂੰ ਮਿਲੇ ਤਾਂ DSP ਸਾਹਿਬ ਕਹਿਣ ਲੱਗੇ ਤੁਸੀਂ ਰਾਣਾ ਜੀ ਨੂੰ ਮਿਲੋ। ਉਹਨਾਂ ਨੇ ਰਾਣਾ ਜੀ ਵੱਲ ਦੋ ਵਾਰੀ ਭੇਜਿਆ, ਉਸ ਤੋਂ ਬਾਅਦ ਰਾਣਾ ਜੀ ਨਾਲ ਸਾਡੀ ਮੁਲਾਕਾਤ ਨਹੀਂ ਹੋਈ। ਅਜੇ ਫੋਨ 'ਤੇ ਗੱਲ ਵੀ ਹੋਈ ਰਿੰਕੂ ਜੀ ਕੋਲ ਕਰਾਇਆ ਜਾ ਕੇ, ਤਾਂ ਉਹ ਟਾਲ ਗਏ। ਸਰ ਜਿਹੜੀ ਤੁਸੀਂ ਕੰਪਲੇਂਟ ਦਿੱਤੀ ਉਸ 'ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ? ਅਸੀਂ ਕੰਪਲੇਂਟ ਫਿਰ ਹਾਰ ਕੇ ਕੁਤਵਾਲੀ ਥਾਣਾ ਲੱਗਦੀ ਹੈ, ਕੁਤਵਾਲੀ ਥਾਣਾ ਨੂੰ ਕੰਪਲੇਨ ਕੀਤੀ। ਉਹਨਾਂ ਨੇ ਨੰਬਰ ਤਾਂ ਸਾਨੂੰ ਲੋਕਲ ਲਿਖਤਾ, ਲੋਕਲ ਨੰਬਰ ਇਹਨਾਂ 1912 ਨੂੰ, ਲੇਕਿਨ ਉੱਥੇ ਕਾਰਵਾਈ ਕੋਈ ਨਹੀਂ ਕੀਤੀ। ਦੂਸਰੀ ਦਰਖਾਸਤ ਅਸੀਂ SSP ਸਾਹਿਬ ਨੂੰ ਦੇ ਗਏ ਤਾਂ ਲੀਡਰ ਸਾਹਿਬ ਨੇ ਦਰਖਾਸਤ ਲੈ ਲਈ ਆ, ਲੇਕਿਨ ਉੱਥੇ ਕਾਰਵਾਈ ਕੋਈ ਨਹੀਂ। ਬਿਊਰੋ ਰਿਪੋਰਟ, ਦ TV NRI।